ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Satnam Shri Waheguru Sahib Ji Tere Kavan Kavan Gun Keh Keh Gawa Tu Sahib Guni Nidhana ਤੁਮਰੀ ਮਹਿਮਾ ਬਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਪਰਮ ਪੂਜਿਆ ਪਰਮ ਸਤਿਕਾਰਯੋਗ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਦਾਸ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਅਤੇ ਇੰਟਰਨੈਸ਼ਨਲ ਸੰਤ ਸਮਾਜ ਅਤੇ ਸੰਤ ਸਿਪਾਹੀ ਦਲ ਹਿਊਮਨ ਰਾਈਟਸ ਵੱਲੋਂ ਸੰਤ ਮਹਾਂਪੁਰਸ਼ 108 ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਤਿਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿਖੇ ਹਾਜ਼ਰ ਹੋਇਆ ਹਾਂ। ਸਤਿਗੁਰੂ ਜੀ ਦੀ ਕਿਰਪਾ ਹੈ, ਬਾਬਾ ਨਿਰਮਲ ਦਾਸ ਜੀ ਜੋੜੇ ਵਾਲੇ ਮਹਾਂਪੁਰਸ਼ ਜਿਨ੍ਹਾਂ 'ਤੇ ਸਤਿਗੁਰੂ ਜੀ ਮਹਾਰਾਜ ਆਪ ਕਿਰਪਾ ਕਰਕੇ ਆਪਣੇ ਵਿੱਦਿਆ ਗੁਰੂ ਸੰਤ ਬਾਬਾ ਪ੍ਰੀਤਮ ਦਾਸ ਜੀ ਦੇ ਇਹ ਮਹਾਨ ਸਮਾਗਮ ਕਰਨੇ ਦਾ ਉਦਮ ਉਤਸ਼ਾਹ 'ਤੇ ਬਲ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਦੇ ਬਚਨ ਹਨ, ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓਂ ਲੈਣ ਮਲਾਏ। ਇਹਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਮਹਾਂਪੁਰਸ਼ਾਂ ਦੇ ਪ੍ਰਥਾਏ ਆਪਣੀ ਸ੍ਰੀ ਮੁਖਵਾਕ ਬਾਣੀ ਦੇ ਅੰਦਰ ਫੁਰਮਾਨ ਕਰ ਰਹੇ ਹਨ, ਹਰ ਹਰ ਜਨ ਦੋਈ ਇੱਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਸਤਿਪੁਰਸ਼ ਪਰਉਪਕਾਰ ਕਰਨ ਵਾਸਤੇ ਇਸ ਦੁਨੀਆ ਵਿੱਚ ਆਉਂਦੇ ਹਨ ਅਤੇ ਸੰਗਤਾਂ ਦਾ ਭਲਾ ਕਰਕੇ ਆਪ ਵੀ ਸਿਮਰਨ ਕਰਦੇ ਹਨ ਅਤੇ ਸਿਮਰਨ ਦੁਆਰਾ ਸੰਗਤਾਂ ਨੂੰ ਪਰਮੇਸ਼ੁਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਕਰਕੇ ਵਾਹਿਗੁਰੂ ਜੀ ਦੇ ਕਿਰਪਾ ਰੂਪੀ ਸਮੁੰਦਰ ਵਿੱਚੋਂ ਪ੍ਰਗਟ ਹੁੰਦੇ ਹਨ। ਹਰ ਹਰ ਜਨ ਦੋਈ ਇੱਕ ਹੈ, ਇੱਥੇ ਦੋ ਸ਼ਬਦ ਹਨ, ਹਰ ਅਤੇ ਹਰ ਜਨ। ਜੋ ਹਰ ਸ਼ਬਦ ਹੈ ਹਰੀ ਪਰਮੇਸ਼ੁਰ ਵਾਹਿਗੁਰੂ ਜੀ ਦਾ ਵਾਚਕ ਹੈ ਅਤੇ ਜੋ ਹਰ ਜਨ ਹੈ ਜਿਹੜੇ ਉਹਨੂੰ ਧਿਆਉਣ ਵਾਲੇ ਉਹਦੀ ਭਗਤੀ ਕਰਨ ਵਾਲੇ ਪਰਮੇਸ਼ੁਰ ਵਾਹਿਗੁਰੂ ਜੀ ਦੇ ਪਿਆਰੇ। ਸਤਿਗੁਰੂ ਜੀ ਕਹਿੰਦੇ ਦੋਨੇ ਇੱਕੋ ਹੀ ਹਨ, ਕਿੰਨਾ ਕੁ ਭੇਦ ਹੈ। ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੇ ਸਮਾਏ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਹਨ, ਉਹ ਜਲ ਸਮੁੰਦਰ ਦਾ ਰੂਪ ਹੁੰਦੀਆਂ ਹਨ, ਲਹਿਰਾਂ ਉੱਠ ਕੇ ਫਿਰ ਸਮੁੰਦਰ ਵਿੱਚ ਸਮੋ ਜਾਂਦੀਆਂ ਹਨ, ਉਹ ਜਲ ਸਮੁੰਦਰ ਦਾ ਰੂਪ ਹੋ ਜਾਂਦੀਆਂ ਹਨ। ਇਸ ਤਰ੍ਹਾਂ ਸਤਿਪੁਰਸ਼ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਿਰਪਾ ਰੂਪੀ ਸਮੁੰਦਰ ਦੇ ਵਿੱਚੋਂ ਪ੍ਰਗਟ ਹੁੰਦੇ ਹਨ ਅਤੇ ਸੰਗਤਾਂ ਦਾ ਭਲਾ ਕਰਕੇ ਪਰ ਉਪਕਾਰ ਕਰਕੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਿਰਪਾ ਰੂਪੀ ਸਮੁੰਦਰ ਵਿੱਚ ਲੀਨ ਹੋ ਜਾਂਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਐਸੇ ਸੰਤ ਮਹਾਂਪੁਰਸ਼ 108 ਬ੍ਰਹਮ ਗਿਆਨੀ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਜ਼ਿੰਦਗੀ ਦਾ ਸਾਰਾ ਸਮਾਂ ਪਰਮੇਸ਼ੁਰ ਵਾਹਿਗੁਰੂ ਜੀ ਦੀ ਭਗਤੀ ਕਰਕੇ ਮਨੁੱਖਤਾ ਦਾ ਭਲਾ ਕਰਕੇ ਆਪਣਾ ਜੀਵਨ ਸੰਗਤਾਂ ਨੂੰ ਸਮਰਪਿਤ ਕੀਤਾ। ਸੋ ਉਹਨਾਂ ਤੋਂ ਵਰਸ ਆਏ ਹੋਏ ਮਹਾਂਪੁਰਸ਼ ਸੰਤ ਬਾਬਾ ਨਿਰਮਲ ਦਾਸ ਜੀ ਮਹਾਂਪੁਰਸ਼ ਜੋ ਗੁਰੂ ਕੀਆਂ ਸੰਗਤਾਂ ਦਾ ਭਲਾ ਕਰ ਰਹੇ ਹਨ,
ਭਾਵੇਂ ਉਹ ਹੋਸਪਿਟਲ ਦੇ ਰੂਪ ਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਕਾਰਜ ਕਰ ਰਹੇ ਹਨ, ਉੱਥੇ ਵਿੱਦਿਆ ਦੇ ਖੇਤਰ ਦੇ ਵਿੱਚ ਸਕੂਲ ਕਾਲਜ ਖੋਲ੍ਹ ਕਰਕੇ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਾਪਤ ਕਰਵਾ ਰਹੇ ਹਨ। ਉਹਨਾਂ ਦੇ ਨਾਲ ਮੇਰੇ ਭੈਣ ਜੀ ਸੰਤੋਸ਼ ਕੌਰ ਜੀ ਵੀ ਵਿੱਦਿਆ ਦੇ ਖੇਤਰ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਹਨ। ਸੋ ਐਸੇ ਪਰਉਪਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਦਮੜੀ ਯਾਤਰਾ ਜੋ ਇਸ ਅਸਥਾਨ ਤੋਂ ਸ੍ਰੀ ਹਰਿਦੁਆਰ ਤੱਕ ਲੈ ਕਰਕੇ ਜਾਂਦੇ ਹਨ ਹਰ ਸਾਲ, ਸੋ ਐਸੇ ਮਹਾਂਪੁਰਸ਼ ਜਿਹੜੇ ਸੰਗਤਾਂ ਦਾ ਪਰਉਪਕਾਰ ਕਰਦੇ ਹਨ, ਸੰਗਤਾਂ ਦੇ ਉੱਤੇ ਕਿਰਪਾ ਕਰਦੇ ਹਨ, ਆਪ ਵੀ ਸਿਮਰਨ ਕਰਦੇ ਹਨ ਅਤੇ ਗੁਰੂ ਕੀਆਂ ਸੰਗਤਾਂ ਨੂੰ ਵੀ ਸਿਮਰਨ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਦੇ ਹਨ। ਜਿਸ ਤਰ੍ਹਾਂ ਅੱਜ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਬੜੇ ਬੜੇ ਕੀਰਤਨੀ ਜਥੇ ਸੱਦ ਕਰਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਥੇ ਸੱਦ ਕਰਕੇ ਅੰਮ੍ਰਿਤਮਈ ਕੀਰਤਨ ਦੀ ਸ਼ਹਿਬਰ ਲਾਈ ਹੈ, ਵਰਖਾ ਕੀਤੀ ਹੈ, ਮਹਾਂਪੁਰਸ਼ਾਂ 'ਤੇ ਵੀ ਕਿਰਪਾ ਹੈ। ਇਹ ਵੀ ਕੀਰਤਨ ਦੀ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ। ਬੜਾ ਸੁੰਦਰ ਕੀਰਤਨ ਕਰਦੇ ਹਨ ਅਤੇ ਗੁਰੂ ਕੀਆਂ ਸੰਗਤਾਂ ਨੂੰ ਨਿਹਾਲ ਕਰਦੇ ਹਨ, ਗੁਰੂ ਕੀਆਂ ਸੰਗਤਾਂ ਨੂੰ ਗੁਰੂ ਕੀ ਬਾਣੀ ਨਾਲ ਜੋੜਦੇ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਆਓ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੀਏ। ਮੇਰੇ ਤੋਂ ਪਹਿਲਾਂ ਸੰਤ ਬਾਬਾ ਤੇਜਾ ਸਿੰਘ ਜੀ ਖੁੱਡੇ ਵਾਲੇ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਬੜੇ ਹੀ ਡੂੰਘਾਈ ਦੇ ਨਾਲ, ਜੋ ਮਨੁੱਖ ਦਾ ਕਾਰਜ ਹੈ ਇਸ ਦੁਨੀਆਂ ਦੇ ਉੱਤੇ ਆ ਕਰਕੇ ਜਿਹੜੇ ਕਾਰਜ ਕਰਨੇ ਹਨ, ਉਹਨਾਂ ਬਾਰੇ ਆਪ ਜੀ ਨੂੰ ਬੜੀ ਹੀ ਡੂੰਘਾਈ ਦੇ ਨਾਲ, ਬੜੇ ਹੀ ਗਿਆਨ ਗੁਣਵੱਤਾ ਦੇ ਨਾਲ ਆਪ ਜੀ ਦੇ ਨਾਲ ਵਚਨ ਸਾਂਝੇ ਕੀਤੇ ਹਨ, ਕਿਉਂਕਿ ਉਹਨਾਂ ਦੇ ਕੋਲ ਗਿਆਨ ਦਾ ਸਾਗਰ ਹੈ। ਸੋ ਦਾਸ ਦੇ ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਜੋ ਦੁਆਬੇ ਜੋਨ ਦੇ ਮੀਤ ਜਥੇਦਾਰ ਹਨ ਬਾਬਾ ਗੁਰਦੇਵ ਸਿੰਘ ਜੀ ਦਸੂਹੇ ਵਾਲੇ ਮੇਰੇ ਸਰਨਾਮੀਏ, ਅਤੇ ਦਾਸ ਦੇ ਨਾਲ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਅਮਰ ਸਿੰਘ ਜੀ ਸੋਢੀ, ਉਹ ਵੀ ਦਾਸ ਦੇ ਨਾਲ ਆਪ ਜੀ ਨੂੰ ਸਟੇਜ 'ਤੇ ਦਰਸ਼ਨ ਦੇ ਰਹੇ ਹਨ। ਸੋ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਕੋਟਨ ਕੋਟ ਧੰਨਵਾਦ ਹੈ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਗੁਰੂ ਜੀ ਦੀਆਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਅਤੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਬਾ ਨਿਰਮਲ ਦਾਸ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ, ਦੇਹ ਅਰੋਗਤਾ ਬਖਸ਼ਿਸ਼ ਕਰਕੇ, ਇਸ ਤਰ੍ਹਾਂ ਦੇਸ਼ ਕੌਮ ਦੀ ਸਮਾਜ ਦੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਕਰਨ ਦੇ ਉਦਮ ਸ਼ਾਹ 'ਤੇ ਬਲ ਬਖਸ਼ਿਸ਼ ਕਰਦੇ ਰਹਿਣ। ਸੋ ਲੋਕ ਸੁਖੀ ਪਰਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।